ਕੀ ਕੈਨੇਡੀਅਨਸ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਇਨਟੋਲਰੈਂਸ ਇਨਕਰੀਜ਼ ਹੋ ਗਈ ਹੈ ਡੂ ਯੂ ਥਿੰਕ ਕੈਨੇਡੀਅਨਸ ਹੈਵ ਬਿਕਮ ਇਨਟੋਲਰੈਂਟ ਇਨ ਰਿਗਾਰਡਸ ਟੂ ਇਮੀਗ੍ਰੈਂਟਸ ਐਂਡ ਇਮੀਗ੍ਰੇਸ਼ਨ ਥਿਸ ਇਸ ਦ ਵਰਸਟ ਫਾਰਮ ਆਫ ਰੇਸਿਜ਼ਮ ਜੀ ਮੈਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਵਰਸਟ ਫਾਰਮ ਆਫ ਰੇਸਿਜ਼ਮ ਤਾਂ ਸ਼ਾਇਦ ਅਸੀਂ ਹੱਲੇ ਤੱਕ ਦੇਖਿਆ ਨਹੀਂ ਇੱਥੇ ਸ਼ਾਇਦ ਦ ਵਰਸਟ ਇਜ਼ ਯੈਟ ਟੂ ਕਮ ਜਿਸ ਤਰੀਕੇ ਨਾਲ ਇਹ ਗੱਲਬਾਤ ਇਨਕਰੀਜ਼ ਹੁੰਦੀ ਜਾ ਰਹੀ ਹੈ ਹੁਣ ਆਪਣੇ ਕੋ ਆਪਣੇ ਉੱਥੇ ਲੇਬਰ ਆਉਂਦੀ ਆ ਬਿਹਾਰ ਦੇ ਪੰਜਾਬ ਚ ਜੰਮਦੀ ਆ ਉਹਨਾਂ ਨੂੰ ਆਪਾਂ ਚਾਹੇ ਪੰਜਾਬ ਚ ਜੰਮੇ ਹੋਵੇ ਆਪਾਂ ਕਹਿੰਦੇ ਉਹਨਾਂ ਨੂੰ ਪੰਜਾਬੀ ਕਹਿੰਦੇ ਆ ਨਹੀਂ ਕਹਿੰਦੇ ਹੁਣ ਹਰ ਰੋਜ਼ ਜਾ ਕੇ ਜੰਗ ਦੰਦਾਸ ਤੇ ਜੇ ਤੁਸੀਂ ਭੰਗੜੇ ਕਿੱਥੇ ਪਾਣੇ ਆ ਸੋ ਇਟ ਇਟ ਵਿਲ ਬੀ ਹਾਈਲਾਈਟਡ ਇਨ ਅ ਰੋਂਗ ਵੇ ਸਰ ਆਲ ਰਾਈਟ ਜੀ ਹੁਣ ਵਧਦੇ ਆ ਅੱਜ ਦੇ ਟੌਪਿਕ ਵੱਲ 뮤직 ਨੂੰ ਲੈ ਕੇ ਹਮੇਸ਼ਾ ਇਹ ਗੱਲ ਹੋਈ ਹੈ ਕਿ 뮤직 ਇਕ ਉਹ ਮੀਡੀਅਮ ਹੈ 뮤직 ਇਕ ਅਜੇ ਹੀ ਆਰਟ ਫਾਰਮ ਹੈ ਜੋ ਲੋਕਾਂ ਨੂੰ ਤੋੜਦੀ ਨਹੀਂ ਲੋਕਾਂ ਨੂੰ ਜੋੜਦੀ ਹੈ ਜੋ ਰਿਲੀਜੀਅਨਸ ਨੂੰ ਜੋੜਦੀ ਹੈ ਜੋ ਕਮਿਊਨਿਟੀਜ਼ ਨੂੰ ਜੋੜਦੀ ਹੈ ਜੋ ਕਲਚਰਸ ਨੂੰ ਜੋੜਦੀ ਹੈ ਹਾਲ ਫਿਲਹਾਲ ਵਿੱਚ ਕੈਨੇਡਾ ਦੇ ਜੋ ਸਭ ਤੋਂ ਵੱਡੇ 뮤지컬 ਅਵਾਰਡਸ ਨੇ ਜੂਨੋ ਅਵਾਰਡਸ ਹੋਏ ਐਂਡ ਜੂਨੋ ਅਵਾਰਡਸ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਸਿੰਗਰ ਨੇ ਅਵਾਰਡ ਜਿੱਤਿਆ ਇਹ ਸਿੰਗਰ ਸਿਗਾ ਕਰਨ ਔਜਲਾ ਕਰਨ ਔਜਲਾ ਨੂੰ ਨੋਮੀਨੇਟ ਕੀਤਾ ਗਿਆ ਸੀ ਟਿਕਟੌਕ ਫੈਨ ਚੋਇਸ ਅਵਾਰਡ ਲਈ ਯਾਨੀ ਕਿ ਟਿਕਟੌਕ ਤੇ ਲੋਕਾਂ ਨੇ ਵੋਟ ਕਰਕੇ ਚੂਜ਼ ਕੀਤਾ ਕਰਨ ਔਜਲਾ ਨੂੰ ਐਸ ਦ ਫੈਨ ਚੋਇਸ ਫॉर ਜੂਨੋ ਅਵਾਰਡਸ ਜਦੋਂ ਕਰਨ ਔਜਲਾ ਨੇ ਅਵਾਰਡ ਜਿੱਤਿਆ ਜਿੱਤਿਆ ਸਿਰਫ ਅਵਾਰਡ ਨਹੀਂ ਜਿੱਤਿਆ ਨਾਲ ਦੇ ਨਾਲ ਕਰਨ ਔਜਲਾ ਨੇ ਉੱਥੇ ਪਰਫਾਰਮੈਂਸ ਵੀ ਦਿੱਤੀ ਆਪਣੇ ਪੰਜਾਬੀ ਗੀਤਾਂ ਨਾਲ ਪਰਫਾਰਮੈਂਸ ਦਿੱਤੀ ਬਹੁਤ ਸੋਹਣੀ ਪਰਫਾਰਮੈਂਸ ਕਈ ਲੋਕਾਂ ਨੇ ਅਪਰੀਸ਼ੀਏਟ ਵੀ ਕੀਤੀ ਲੇਕਿਨ ਜਿਨੇ ਲੋਕਾਂ ਨੇ ਅਪਰੀਸ਼ੀਏਟ ਕੀਤੀ ਸ਼ਾਇਦ ਉਹਨੇ ਹੀ ਲੋਕਾਂ ਨੇ ਕਰਨ ਔਜਲਾ ਪੰਜਾਬੀ 뮤직 ਇੰਡੀਅਨ ਕਲਚਰ ਪੰਜਾਬੀ ਕਲਚਰ ਦੀ ਨਿੰਦਾ ਵੀ ਕੀਤੀ ਅੱਜ ਹੀ ਮੈਂ ਟਵਿੱਟਰ ਤੇ ਹੈਰਿਸਨ ਫੌਕਰਨ ਇੱਕ ਕੋਈ ਹੋਸਟ ਨੇ ਇੱਕ ਕੋਈ ਡਿਜੀਟਲ ਸ਼ੋਅ ਦੇ 호ਸਟ ਨੇ ਉਹਨਾਂ ਦੇ ਟਵੀਟਸ ਪੜ੍ਹ ਰਿਆ ਸੀ ਉਹਨਾਂ ਨੇ ਟਵੀਟ ਕੀਤਾ ਹੋਇਆ ਕਿ ਹੁਣ ਤਾਂ ਜੋ ਜੂਨੋਜ਼ ਨੇ ਉਹ ਕੈਨੇਡੀਅਨ 뮤직 ਤੋਂ ਜ਼ਿਆਦਾ ਫੋਰਨ ਪੰਜਾਬੀ 뮤직 ਦੇ ਬਣ ਚੁੱਕੇ ਨੇ ਉਹਦੇ ਵਿੱਚ ਕੈਨੇਡੀਅਨ 뮤직 ਦਾ ਤੇ ਹੁਣ ਕੋਈ ਅਸਤਿਤਵ ਹੀ ਨਹੀਂ ਰਿਹਾ ਐਂਡ ਕਿਸ ਤਰੀਕੇ ਨਾਲ ਇੱਕ ਪੰਜਾਬੀ ਸਿੰਗਰ ਨੂੰ ਚੂਜ਼ ਕੀਤਾ ਗਿਆ ਇਹ ਸਮਝ ਨਹੀਂ ਆ ਰਿਹਾ ਗੱਲ ਸਿਰਫ ਇੰਨੀ ਨਹੀਂ ਸੀ ਕਿ ਇੱਕ ਇਨਸਾਨ ਨੇ ਆਪਣਾ ਓਪੀਨੀਅਨ ਸ਼ੇਅਰ ਕੀਤਾ ਗੱਲ ਐਸੀ ਕਿ ਉਸ ਟਵੀਟ ਨੂੰ ਬਹੁਤ ਜ਼ਿਆਦਾ ਰੀਟਵੀਟ ਵੀ ਕੀਤਾ ਗਿਆ ਲਾਈਕ ਵੀ ਕੀਤਾ ਗਿਆ ਲਗਭਗ 17000 ਤੋਂ ਵੀ ਵੱਧ ਉਸ ਟਵੀਟ ਤੇ ਇੰਗੇਜਮੈਂਟ ਸੀ ਐਂਡ ਕਈ ਲੋਕਾਂ ਨੇ ਉਸ ਟਵੀਟ ਤੇ ਕਮੈਂਟਸ ਵੀ ਕੀਤੇ ਜਿਦੇ ਵਿੱਚ 95% ਕਮੈਂਟਸ ਪੰਜਾਬੀ 뮤직 ਪੰਜਾਬੀ ਇੰਡੀਅਨ ਕਲਚਰ ਐਂਡ ਕਰਨੋਜ ਨਾਲੋਂ ਲੈ ਕੇ 네ਗੇਟਿਵ ਸੀਗੇ ਇਨ ਕਮੈਂਟਾਂ ਵਿੱਚ ਇਹ ਕਿਹਾ ਗਿਆ ਕਿ ਕੈਨੇਡੀਅਨ 뮤זיਕ ਵਿੱਚ ਪੰਜਾਬੀ 뮤זיਕ ਇਸ ਤਰੀਕੇ ਨਾਲ ਇਨਵੋਲਵ ਹੋ ਗਿਆ ਇੱਕ ਇਨਸਾਨ ਜੋ ਕੈਨੇਡੀਅਨ ਸ਼ਾਇਦ ਹੈ ਵੀ ਨਹੀਂ ਜੋ ਪਰਮਨੈਂਟ ਰੈਜ਼ੀਡੈਂਟ ਹੈ ਉਹਨੂੰ ਕਿਉਂ ਜੂਨੋ ਅਵਾਰਡਸ ਵਿੱਚ ਨਾਮਿਨੇਟ ਕੀਤਾ ਗਿਆ ਉਹਨੂੰ ਕਿਉਂ ਪੰਜਾਬੀ 뮤זיਕ ਪਰਫਾਰਮ ਕਰਨ ਦੀ ਅਲਾਉਂਸ ਮਿਲੀ ਹੁਣ ਜਦੋਂ ਮੈਂ ਪਹਿਲੀ ਲਾਈਨ ਕਹੀ ਸੀ ਮੈਂ ਇਹੀ ਕਿਹਾ ਕਿ 뮤זיਕ ਸਾਰੇ ਕਲਚਰਸ ਨੂੰ ਜੋੜਦਾ ਹੈ 뮤זיਕ ਕਲਚਰਸ ਨੂੰ ਇੱਕ ਬਣਾਉਂਦਾ ਅਸੀਂ ਡਿਫਰੈਂਟ ਡਿਫਰੈਂਟ ਟਾਈਪ ਦਾ 뮤ਜ਼ਿਕ ਸੁਣਦੇ ਹਾਂ ਚਾਹੇ ਸਾਡੀ ਮਾਂ ਬੋਲੀ ਪੰਜਾਬੀ ਹੋਵੇ ਪਰ ਅਸੀਂ ਸਿਰਫ ਪੰਜਾਬੀ 뮤ਜ਼ਿਕ ਨਹੀਂ ਅਸੀਂ ਇੰਗਲਿਸ਼ 뮤ਜ਼ਿਕ ਵੀ ਸੁਣਦੇ ਹਾਂ ਅਸੀਂ ਲਾਟਿਨ 뮤ਜ਼ਿਕ ਵੀ ਸੁਣਦੇ ਹਾਂ ਅਸੀਂ ਫ੍ਰੈਂਚ 뮤ਜ਼ਿਕ ਵੀ ਇੰਜੋਏ ਕਰਦੇ ਹਾਂ ਹਰ ਟਾਈਪ ਦਾ 뮤ਜ਼ਿਕ ਜੋ ਵਧੀਆ ਲੱਗੇ ਅਸੀਂ ਜ਼ਰੂਰ ਸੁਣਦੇ ਹਾਂ ਐਂਡ ਏ ਟੋਲਰੈਂਸ ਏ ਪਿਆਰ ਦੂਜੇ ਕਲਚਰਸ ਲਈ ਦੂਜੇ 뮤ਜ਼ਿਕ ਲਈ ਦੂਜੀ ਆਰਟ ਫਾਰਮਸ ਲਈ ਕੈਨੇਡਾ ਵਿੱਚ ਵੀ ਬਹੁਤ ਜਾਂ ਫਿਰ ਮੈਂ ਇਹ ਕਵਾਂ ਕੈਨੇਡਾ ਵਿੱਚ ਵੀ ਬਹੁਤ ਸਿਗਾ ਕਿਉਂਕਿ ਹੁਣ ਜਿਸ ਤਰੀਕੇ ਨਾਲ ਆਮ ਲੋਕਾਂ ਨੇ ਵੀ ਕਮੈਂਟ ਕੀਤੇ ਹੋਏ ਆ ਐਂਡ ਇਨ ਫੈਕਟ ਸਿਰਫ ਆਮ ਲੋਕ ਨਹੀਂ ਉਹ ਲੋਕ ਜੋ ਸਾਡੀ ਹੀ ਕਮਿਊਨਿਟੀਜ਼ ਤੋਂ ਬਿਲੋਂਗ ਕਰਦੇ ਨੇ ਲੇਕਿਨ ਇੱਥੇ ਦੇ ਜੰਮੇ ਹੋਏ ਨੇ ਉਹਨਾਂ ਦਾ ਵੀ ਇਹਨੂੰ ਲੈ ਕੇ ਕਾਫੀ ਡਿਫਰੈਂਟ ਓਪੀਨੀਅਨ ਸੀ ਐਂਡ ਸ਼ਾਇਦ ਕਿਤੇ ਨਾ ਕਿਤੇ ਓਪੋਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸੌਜ ਮੇਰਾ ਥੋਡੇ ਤੱਕ ਇਹੀ ਸਵਾਲ ਹੈ ਥੋਡੇ ਆਪਣੇ ਪਰਸਨਲ ਓਪੀਨੀਅਨ ਨਾਲ ਥੋਡੇ ਆਪਣੇ ਪਰਸਨਲ ਪੁਆਇੰਟ ਆਫ View ਨਾਲ ਜਦੋਂ ਤੁਸੀਂ ਕਮਿਊਨਿਟੀਆਂ ਵਿੱਚ ਵਿਚਰਦੇ ਹੋ ਤੁਸੀਂ ਦੂਜੇ ਲੋਕਾਂ ਨੂੰ ਮਿਲਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨਸ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਇਨਟੋਲਰੈਂਸ ਇਨਕਰੀਜ਼ ਹੋ ਗਈ ਹੈ ਡੂ ਯੂ ਥਿੰਕ ਕੈਨੇਡੀਅਨਸ ਹੈਵ ਬਿਕਮ ਇਨਟੋਲਰੈਂਟ in regards to immigrants and immigration 9057905555 905790555 ਤੇ ਤੁਸੀਂ ਕਾਲ ਜਾਂ ਟੈਕਸਟ ਕਰਕੇ ਆਪਣੀ opinion ਜ਼ਰੂਰ ਸ਼ੇਅਰ ਕਰ ਸਕਦੇ ਹੋ ਕਿ ਤੁਹਾਡੇ ਹਿਸਾਬ ਨਾਲ ਕੈਨੇਡੀਅਨਸ ਹੁਣ ਇਮੀਗ੍ਰੈਂਟਸ ਨੂੰ ਲੈ ਕੇ intolérant ਹੁੰਦੇ ਜਾ ਰਹੇ ਨੇ ਜ਼ਿਆਦਾ ਜ਼ਰੂਰ ਸ਼ੇਅਰ ਕਰੋ 905790555 ਕਿਉਂਕਿ ਅੱਜ ਤੱਕ ਜਦੋਂ ਵੀ ਮਿਊਜ਼ਿਕ ਦੀ ਗੱਲ ਹੋਈ ਹੈ ਆਰਟ ਫਾਰਮਸ ਦੀ ਗੱਲ ਹੋਈ ਹੈ ਇਹਨੂੰ ਲੈ ਕੇ ਤਾਂ ਕਦੇ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਇਆ ਇਨੂੰ ਲੈ ਕੇ ਤਾਂ ਕਦੇ ਇਦਾਂ ਦੀ ਗੱਲਬਾਤ ਨਹੀਂ ਹੋਈ ਸ਼ਾਇਦ ਸਰਕਾਰ ਦੇ ਫੰਡਿੰਗ ਪ੍ਰੋਗਰਾਮਸ ਇਹਨਾਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ VOTING ਵਗੈਰੇ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਤੁਹਾਡੇ ਰੈਪ੍ਰੈਜ਼ੈਂਟੇਟਿਵਸ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਪੋਲਿਟਿਕਸ ਟੀ ਹੁੰਦੀ ਹੈ ਲੇਕਿਨ ਮਿਊਜ਼ਿਕ ਆਰਟ ਫਾਰਮ ਜਦੋਂ ਇਹਦੇ ਵਿੱਚ ਵੀ ਹੋ ਰਹੀ ਹੈ ਤਾਂ ਸ਼ਾਇਦ ਇਹ ਬਹੁਤ ਵੱਡੀ ਗੱਲ ਹੈ ਐਂਡ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨਸ ਵਿੱਚ ਇਮੀਗਰੈਂਟਸ ਨੂੰ ਲੈ ਕੇ ਇਨਟੋਲਰੈਂਸ ਇਨਕਰੀਜ਼ ਹੋ ਗਈ ਹੈ ਜਾਨੀ 905 790 555 55 ਮੈਂ ਕਾਲਸ ਵਾ ਲਾ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਦੋ ਮੈਸੇਜਸ ਪੜ ਲਾ ਅਮਰੀਕ ਜੀ ਕਹਿੰਦੇ ਐਕਸੈਪਟੈਂਸ ਇਜ਼ ਆਲਵੇਜ਼ ਅ ਪ੍ਰੋਬਲਮ ਐਂਡ ਇਟ ਟੇਕਸ ਟਾਈਮ ਮੇਬੀ ਸਮ ਆਰ ਨਾਟ ਅਵੇਅਰ ਅਮਰੀਕ ਜੀ ਗੱਲ ਥੋੜੀ ਸਹੀ ਹੈ ਲੇਕਿਨ ਇੰਨੇ ਟਾਈਮ ਬਾਅਦ ਐਂਡ ਕੈਨੇਡਾ ਬੀਇੰਗ ਅ ਕੰਟਰੀ ਜੋ ਕਿ ਹਮੇਸ਼ਾ ਤੋਂ ਐਕਸੈਪਟੈਂਸ ਵਿੱਚ ਨੰਬਰ 1 ਰਹੀ ਹੈ ਉਸ ਕੰਟਰੀ ਵਿੱਚ ਜੇ ਅੱਜ ਇਹ ਚੀਜ਼ ਹੋ ਰਹੀ ਹੈ ਤਾਂ देयर ਇਜ਼ ਸਮਥਿੰਗ ਡੈਫੀਨਿਟਲੀ ਰੋਂਗ 6128 ਫਾਰਿਸ ਜੀ ਕਹਿੰਦੇ ਯੂ ਆ ਰਾਈਟ ਇਨਟੋਲਰੈਂਸ ਇਨ ਕੈਨੇਡੀਅਨ ਸੋਸਾਇਟੀ ਅਬਾਊਟ ਇਮੀਗ੍ਰੈਂਟਸ ਆਰ ਇਨਕਰੀਜ਼ਿੰਗ ਥਿਸ ਇਜ਼ ਦ ਵਰਸਟ ਫਾਰਮ ਆਫ ਰੇਸਿਜ਼ਮ ਜੀ ਮੈਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਵਰਸਟ ਫਾਰਮ ਆਫ ਰੇਸਿਜ਼ਮ ਤਾਂ ਸ਼ਾਇਦ ਅਸੀਂ ਹੱਲੇ ਤੱਕ ਦੇਖਿਆ ਨਹੀਂ ਇੱਥੇ ਸ਼ਾਇਦ ਦ ਵਰਸਟ ਇਜ਼ ਯੈਟ ਟੂ ਕਮ ਜਿਸ ਤਰੀਕੇ ਨਾਲ ਇਹ ਗੱਲਬਾਤ ਇਨਕਰੀਜ਼ ਹੁੰਦੀ ਜਾ ਰਹੀ ਹੈ ਮਨੋਜੀ ਜੀ ਕਹਿੰਦੇ ਹਾਊ ਮੈਨੀ ਪੀਪਲ نو ਦੈਟ ਸੇਲੀਨ ਡੀਓਨ ਐਂਡ ਬ੍ਰਾਇਨ ਐਡਮਸ ਆਰ ਕੈਨੇਡੀਅਨਸ ਜੀ ਦੇਖੋ ਥੋੜਾ ਪੁਆਇੰਟ ਥੋੜਾ ਪੁਆਇੰਟ ਕਿਸ ਤਰੀਕੇ ਨਾਲ ਕਿ ਮਤਲਬ ਉਹਨਾਂ ਨੂੰ ਜੂਨੋ ਅਵਾਰਡ ਮਿਲੇ ਉਸ ਤਰੀਕੇ ਨਾਲ ਕਰ ਰਹੇ ਹੋ ਅਮਰਿਤ ਸੰਧੂ ਜੀ ਕਹਿੰਦੇ ਆਈ ਡੋਨਟ ਥਿੰਕ ਇਟਸ ਅਬਾਊਟ ਇਨਸਿਕਿਉਰਟੀ ਆਈ ਥਿੰਕ ਆਪਣੇ ਲੋਕ ਨੈਗੇਟਿਵ ਨਿਊਜ਼ ਤੇ ਬਹੁਤ ਹਾਈਲਾਈਟਸ ਹੁੰਦੇ ਨੇ ਮੇਬੀ ਥੈਟਸ ਵਾਈ ਕਿ ਲੋਕਲ ਲੋਕ ਆਪਣੇ ਲੋਕਾਂ ਨੂੰ ਜ਼ਿਆਦਾ ਹੇਟ ਕਰਨ ਲੱਗ ਗਏ ਆ ਓਕੇ ਉਤਪਲ ਜੀ ਕਹਿੰਦੇ ਵਾਟਸ ਰੌਂਗ ਵਿਦ ਵੇਅਰਿੰਗ ਚਪਲ ਜੀ ਮੈਨੂੰ ਕੋਈ ਕੁਝ ਪ੍ਰੋਬਲਮ ਨਹੀਂ ਹੈ ਮੇਰੇ ਮੇਰਾ ਵਾਸਤੇ ਤੁਸੀਂ ਹਰ ਜਗ੍ਹਾ ਚਪਲਾਂ ਪਾ ਕੇ ਘੁੰਮੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਬਸ ਐਂਡ ਇਹ ਹੁਣ ਇੱਕ ਟਰਮ ਇੱਕ ਟੈਗ ਮਿਲ ਚੁੱਕਿਆ ਹੋਇਆ ਸਾਡੀ ਕਮਿਊਨਿਟੀ ਨੂੰ ਕਿ ਚਪਲਾਂ ਪਾ ਕੇ ਘੁੰਮਦੇ ਆ ਸ਼ੌਨ ਕਹਿੰਦੇ ਨਾਟ ਐਟ 올 ਡਰਿੰਕ ਐਂਡ ਡਰਿੰਕ ਐਂਡ ਡਾਂਸ ਮੈਂ ਸਮਝਿਆ ਨਹੀਂ ਸ਼ੌਨ ਤੁਹਾਡੀ ਗੱਲ ਸਮਝਿਆ ਨਹੀਂ ਮੈਂ ਐਨੀਵੇ ਇੱਕ ਦੋ ਕਾਲਸ ਵੱਲ ਚੱਲਦੇ ਹਰਬੀਰ ਜੀ ਤੁਹਾਡਾ ਕੀ ਵਿਚਾਰ ਹੈ ਸਸੀ ਗਾਲ ਜੀ ਸਸੀ ਗਾਲ ਜੀ ਮੈਨੂੰ ਮੇਰਾ ਨਜ਼ਰੀਆ ਥੋੜਾ ਜਿਹਾ ਅਲੱਗ ਆ ਇਸ ਬਾਰੇ ਬਿਕਾਜ਼ ਜਦੋਂ ਮੈਂ ਕੈਨੇਡਾ ਨੂੰ ਦੇਖਦਾ ਨਾ ਇਹ ਕੈਨੇਡਾ ਮੇਰੇ ਲਈ ਚਾ ਯੂਰਪੀਅਨ ਬੈਕਗਰਾਉਂਡ ਦੇ ਲੋਕ ਆ ਉਹ ਕਲਚਰਲ ਪੋਲਰਾਈਜ਼ਡ ਹੋ ਗਏ ਨੇ ਬਿਕਾਜ਼ ਹੁਣ ਯੂ نو ਬਾਟ ਦੀਸ ਗੱਲ ਕਰਦੇ ਮੈਂ ਵੀ ਐਕਸ ਤੇ ਫੋਲੋ ਕਰਦਾ ਹਰ ਕਿਸੇ ਨੂੰ ਫੋਲੋ ਕਰਦਾ ਈਵਨ ਕਮੇਰੇਸੀਜ਼ਮ ਦਾ ਵਿਕਟਮ ਵੀ ਰਹਿ ਚੁੱਕਿਆ ਜੀ ਤੇ ਉਸ ਦੇ ਵਿੱਚ ਯੂ نو ਵਰਡ ਦੇ ਵਿੱਚ ਜਿਹੜਾ ਵਰਡ ਨੂੰ ਜਿਹਨਾਂ ਨੂੰ ਦੁੱਖ ਲੱਗਿਆ ਉਹ ਇੰਗਲਿਸ਼ ਸਪੀਕਰ ਆ। ਸਾਰੇ ਇਹ ਤਾਂ ਮੰਨਦੇ ਆ ਤੁਸੀਂ? ਹੂੰ। ਹੁਣ ਗੱਲ ਕੀ ਆ ਜਿੰਨਾ ਦੀ ਇਹ ਕੰਟਰੀ ਆ ਹੁਣ ਆਪਾਂ ਕੈਨੇਡੀਅਨਸ ਕਹਿੰਦੇ ਆ। ਅੱਜ ਆਪਾਂ ਸੋਚਿਆ ਜਿਹੜੇ ਉਰੇ ਦੇ ਟ੍ਰਾਈਬਰ ਲੋਕ ਨੇ ਉਹ ਕਦੇ ਆਪਣੇ ਆਪ ਨੂੰ ਕੈਨੇਡੀਅਨ ਕਿਉਂ ਨਹੀਂ ਕਹੋਂਦੇ ਹੈਗੇ? ਜਿਦਾ ਹਾਂ ਪੰਜਾਬ ਦੇ ਵਿੱਚ ਹੁਣ ਆਪਣੇ ਕੋ ਆਪਣੇ ਉੱਥੇ ਲੇਬਰ ਆਉਂਦੀ ਆ ਬਿਹਾਰ ਦੇ, ਪੰਜਾਬ 'ਚ ਜੰਮਦੀ ਆ। ਹੂੰ। ਉਹਨਾਂ ਨੂੰ ਆਪਾਂ ਚਾਹੇ ਪੰਜਾਬ 'ਚ ਜੰਮੇ ਹੋਵੇ, ਆਪਾਂ ਕਹਦੇ ਉਹਨਾਂ ਨੂੰ ਪੰਜਾਬੀ ਕਹਿੰਦੇ ਆ, ਨਹੀਂ ਕਹਿੰਦੇ। ਗੁਰੂ ਸਾਹਿਬ ਆਪਣੇ ਦਸ਼ਮ ਪਾਸ਼ਾ ਬਿਹਾਰ ਦੇ ਜੰਪਾਲਾ ਕਦੇ ਆਪਾਂ ਨੂੰ ਉਹਨਾਂ ਨੂੰ ਬਿਹਾਰੀ ਵਰਡ ਯੂਜ਼ ਕੀਤਾ ਉਹਨਾਂ ਨੇ ਨਹੀਂ ਕੀਤਾ ਨਾ ਉਹ ਪੋਲਰਾਈਜੇਸ਼ਨ ਹੈ ਤੇ ਜਿਹੜੀ ਪੋਲਰਾਈਜੇਸ਼ਨ ਚ ਨਾ ਗੋਰਿਆਂ 'ਚ ਇੱਕ ਨਾ ਪ੍ਰੋਬਲਮ ਹੈ ਉਹ ਐਕਸਪ੍ਰੈਸ ਨਹੀਂ ਕਰਦੇ ਹੈਗੇ ਕਹਿੰਦੇ ਨਾ ਜਦੋਂ ਸੱਟ ਮਾਰਦੇ ਚੁੱਪਚੀਪੀਤੀ ਮਾਰਦੇ ਆ ਆਪਣੇ ਪੰਜਾਬੀ ਆ ਉਹ ਐਕਸਪ੍ਰੈਸ ਕਰਦੇ ਆ ਜੇ ਤੁਹਾਡੇ ਸਾਹਮਣੇ ਕੁਝ ਮਾੜਾ ਹੋ ਜਵੇ ਨਾ ਤੁਸੀਂ ਜਦੇ ਬੋਲ ਦਿੰਦੇ ਆ ਅਗਰੈਸਿਵ ਬਹੁਤ ਆ ਇਹ ਚੀਜ਼ਾਂ ਮੈਂ ਤੁਹਾਨੂੰ ਕਿੱਦਾਂ ਕਹਿ ਦੇ ਆਏ ਹੁਣ ਜਿਹੜਾ ਚੱਪਲ ਵਾਲੀ ਗੱਲ ਆਈ ਸੀਗੀ ਜਿੱਦਾਂ ਗੋਰੇ ਆਪਣੇ ਲੋਕ ਮੈਂ ਜੀ ਨਿਊਜ਼ੀਲੈਂਡ 8 ਸਾਲ ਰਹਿ ਕੇ ਆ ਮਾਈਗ੍ਰੇਟ ਹੋਇਆ ਉੱਥੇ ਤੋਂ ਜੀ ਠੀਕ ਹੈ ਜੀ ਉੱਥੇ ਦਾ ਕਲਚਰ ਚੱਪਲ ਪਾਉਣੀ ਹੋਣੀ ਹੈਗੀ ਤੁਸੀਂ ਮੌਚ ਜਾਓਗੇ ਨੰਗੇ ਪਰ ਜਾਂਦੇ ਉੱਥੇ ਦੇ ਮੌਰੀ ਸਾਰਿਆਂ ਨੂੰ ਪਤਾ ਕ੍ਰਿਕਟਿੰਗ ਚ ਗੋਰੇ ਆ ਪਰ ਜਿਹੜੇ ਉਹਨਾਂ ਦੇ ਮੌਰੀ ਲੋਕ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਨੂੰ ਆਸਟ੍ਰੇਲੀਆ ਜੀ ਗੋਰੇ ਸਾਰਿਆਂ ਨੂੰ ਪਤਾ ਅਰੀਜਨਲਸ ਕਿੱਥੇ ਗਏ ਉਹਨਾਂ ਦੀ ਲੈਂਗੁਏਜ ਕਿੱਥੇ ਗਈ ਖਰਾਬ ਹੋ ਗਈ ਨਾ ਜਿੱਦਾਂ ਹੁਣ ਇੱਕ ਲਾਸਟ ਮੈਂ ਪੁਆਇੰਟ ਰੱਖਾਂਗਾ ਬਲੈਕ 뮤직 ਦੀ ਆਪਾਂ ਗੱਲ ਕਰਦੇ ਆ ਬਲੈਕ ਨਿਊਜ਼ ਕੇ ਸਾਰੇ ਇੰਗਲਿਸ਼ 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 ਪਰ ਕਦੇ ਸੋਚਿਆ ਯਾਰ ਉਹ ਹੁਣ ਇੰਗਲਿਸ਼ ਬੋਲਦੇ ਆ ਤੇ ਉਹਨਾਂ ਦੀ ਵੀ ਕੋਈ ਲੈਂਗੁਏਜ ਹੋਣੀ ਹੈ ਨਾ ਪਿੱਛੇ ਜਿਹੜੀ ਗੋਰੀਆਂ ਨੇ ਖਰਾਬ ਕਰਤੀ ਜਿੱਦਾਂ ਸਾਡੇ ਮਹਾਰਾਜ ਆ ਦਲੀਪ ਸਿੰਘ ਦੀ ਸੋਚ ਬਦਲਵਾਤੀ ਸੀਗੀ ਇਹਨਾਂ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਹੁਣ ਪੰਜਾਬੀ ਆਪਸ ਵਿੱਚ ਲੜ ਰਹੇ ਨੇ ਨਾ ਇਹਨਾਂ ਦੇ ਜਵਾਬ ਕਿ ਅਸੀਂ ਪੋਲਰਾਈਜ਼ ਕਰ ਦੇਣੇ ਆ ਉਹ ਕਨੇਡੀਅਨ ਖਵਾ ਦੇਣੇ ਆ ਤਾਂ ਕਿ ਉਹ ਅੱਗੇ ਆਪਣਾ ਪੁਆਇੰਟ ਨਾ ਰੱਖ ਸਕੇ ਜਦੋਂ ਕੋਈ ਵੀ ਮਾਈਗਰੇਟ ਆਣਾ ਹੈ ਉਹਨਾਂ ਦੇ ਵਿੱਚ ਦੋ ਫੜ ਹੋਣੀ ਹੋਣੀ ਆ ਲੋਕੀ ਪੋਲਰਾਈਜ਼ੇਸ਼ਨ ਦੇ ਨਾਲ ਆਪਾਂ ਕਹਿੰਦੇ ਮਾਈਗ੍ਰੈਂਟ ਆ ਗਏ ਮਾਈਗ੍ਰੈਂਟ ਆ ਗਏ ਇਹ ਕਿਸ ਜੇ ਗੋਰੇ ਸਾਹਮਣੇ ਨਹੀਂ ਬੋਲਦੇ ਹੈਗੇ ਕਿਤੇ ਤਾਂ ਬੋਲਦੇ ਆ ਉਹ ਹੂੰ ਸੋ ਮਤਲਬ ਉਹਨਾਂ ਦਾ ਵੈਲਿਡ ਇਹ ਪੁਆਇੰਟ ਉਹਨਾਂ ਦੇ ਵੈਲਿਡ ਹੈ ਜੋ ਕਹਿ ਰਹੇ ਹੋ ਹਾਂਜੀ ਹਾਂਜੀ ਜੀ ਥੈਂਕ ਯੂ ਥੈਂਕ ਯੂ ਰਬੀ ਜੀ ਥੈਂਕ ਯੂ ਸੋਮਤ ਜੀ ਅ ਗੁਰੂ ਸੰਧੂ ਜੀ ਅ ਜੇ ਰਾਗਵ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤਾਂ டாਪਿਕ ਹੈ ਵੀ ਪੋਲਰਾਈਜ਼ੇਸ਼ਨ ਜਾਂ ਵਧ ਰਹੀ ਹੈ ਮੈਂ ਹਾਂਜੀ ਮੈਂ ਇਨਟੋਲਰੈਂਸ ਦੀ ਗੱਲ ਕਰ ਰਿਹਾ ਹਾਂ ਜੀ ਹਾਂਜੀ ਮੇਰਾ ਇਹ ਮੰਨ ਮੈਂ ਕਿ ਹੈਕ ਦੋਨੇ ਸੀ ਜੇ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਹਿਸਟਰੀ ਦੇਖੀਏ ਤਾਂ 1900 ਦੇ ਵਿੱਚ ਇਹਨਾਂ ਨੇ ਹੈਂਡ ਟੈਕਸ ਲਾਇਆ ਸੀ ਚਾਈਨੀਜ਼ ਲੋਕਾਂ ਦੇ ਵਿੱਚ 500 ਡਾਲਰ ਉਹ ਅੱਜ ਦੇ 60-70 ਹਜ਼ਾਰ ਡਾਲਰ ਦੇ ਬਰਾਬਰ ਹੈ ਜਿਹੜਾ ਚਾਈਨੀਜ਼ ਹੈਡ ਆ ਉਹਨੂੰ ਟੈਕਸ ਜਨਾ ਪਾਊਗਾ ਉਸ ਤੋਂ ਬਾਅਦ ਜਿਹੜੇ ਕੈਨੇਡੀਅਨ ਨਾਨ ਇਮੀਗ੍ਰੈਂਟ ਹੁੰਦੇ ਸੀ ਉਹਨਾਂ ਦੀ ਵਾਈਫ ਨੂੰ ਤਾਂ ਜੈਂਡਰ ਵੀ ਨਹੀਂ ਸੀ ਸਮੇਂ ਦੇ ਹੁੰਦੇ 1940 ਤੱਕ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਜਦੋਂ ਜਾਪਾਨ ਅਗੇਂਸਟ ਹੋ ਗਿਆ ਸੀ ਸੈਕਿੰਡ ਵਰਲਡ ਵਾਰ ਦੇ ਤਾਂ ਇਹਨਾਂ ਨੇ ਜਾਪਾਨ ਦਾਦੇ ਤੋਂ ਲੈ ਕੇ ਪੋਤੇ ਤੱਕ ਸਾਰਿਆਂ ਦੀ ਸਿਟੀਜਨਸ਼ਿਪ ਕੈਨਸਲ ਕਰਕੇ ਉਹਨਾਂ ਨੂੰ ਰਿਪੋਰਟ ਕਰਤਾ ਸੀ ਜੀ ਤਾਂ ਇਹ ਇਹ ਤਾਂ ਹਿਸਟਰੀ ਦੇ ਵਿੱਚ ਹੀ ਹੈ ਜੀ ਇਹ ਕੋਈ ਅੱਜ ਦੀ ਨਹੀਂ ਗੱਲ ਨਹੀਂ ਅੱਜ ਸੋਸ਼ਲ ਮੀਡੀਆ ਹੋ ਜਲਦੀ ਆ ਜਾਂਦੀ ਆ ਗੱਲ ਤਾਂ ਨਹੀਂ ਜੀ ਜੀ ਇਹ ਇਹਦਾ ਚੱਲਦਾ ਆਇਆ ਇਦਾਂ ਹੀ ਰਹੇਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਲਾਸਟ ਕਾਲ ਲਵਾਂਗੇ ਸੀ ਵਰੁਣ ਜੀ

ਮੈਂ ਇੱਕ ਵੈਲਿਡ ਜੈਗਰੀਜ਼ਨ ਦਊਗਾ ਮੇਰੇ ਖਿਆਲ ਜਿਹੜੇ ਕਿ ਸਾਰੇ ਹੀ ਐਗਰੀ ਕਰਨਗੇ ਸਰ ਜਿਹੜੀ ਆਪਣੀ ਪੰਜਾਬੀ ਕਲਚਰ ਹੈ ਨਾ ਸਰ ਪੰਜਾਬੀ ਕਲਚਰ ਆਪਣੀ ਬਹੁਤ ਵਧੀਆ ਹੈਗੀ ਹੈ ਬਟ ਪਿਛਲੇ ਜੇ ਦੇਖ ਤੁਸੀਂ ਦੇਖੋਗੇ ਪਿਛਲੇ 5-6 ਸਾਲਾਂ ਚ ਨਾ ਬੜੇ ਰੋਂਗ ਰੀਜ਼ਨਸ ਕਰਕੇ ਨਾ ਉਹ ਗਲੋਰੀਫਾਈ ਹੋਈ ਹੈ ਜੀ ਠੀਕ ਹੈ ਹੁਣ ਤੁਸੀਂ ਸਰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੰਨਾ ਹੁਣ ਹਰ ਰੋਜ਼ ਜਾ ਕੇ ਯੰਗ ਡਾਂਸ ਤੇ ਜੇ ਭੰਗੜੇ ਕਿੱਥੇ ਪਾਣੇ ਆ ਹੂੰ ਸੋ ਇਟ ਵਿਲ ਬੀ ਹਾਈਲਾਈਟਡ ਇਨ ਅ ਰੋਂਗ ਵੇ ਸਰ ਹੂੰ ਹੂੰ ਠੀਕ ਹੈ ਨਾ ਤੇ ਕੀ ਚੀਜ਼ ਐ ਸਰ ਉਹਨਾਂ ਨੂੰ ਚਾਂਸ ਮਿਲ ਗਿਆ ਕਿਉਂਕਿ ਇਹ ਫੋਰਨ ਲੈਂਗੁਏਜ ਦੇ ਸਿੰਗਰ ਨੂੰ ਜੇ ਅਵਾਰਡ ਮਿਲਿਆ ਤੇ ਡੈਫੀਨਿਟਲੀ ਸਰ ਉਹ ਕਰਨਗੇ ਸਰ ਕਿਉਂਕਿ ਸਰ ਆਪਾਂ ਮੇਰੀ ਗੱਲ ਸੁਣੋ ਆਪਾਂ ਹੁਣ ਹਾਈਲਾਈਟ ਹੀ ਉਹ ਚੀਜ਼ਾਂ ਕਰਤੀਆਂ ਸਰ ਸਾਰੀਆਂ ਚਾਹੇ ਉਹ ਕਾਰਕਲਚਰ ਹੈ ਚਾਹੇ ਆਪਾਂ ਕੋਈ ਵੀ ਹੋਰ ਚੀਜ਼ ਕਰਦੇ ਪਿਆ ਆਲ ਦਾ ਰੌਂਗ ਰੀਜ਼ਨਸ ਦੈਟ ਹੈਸ ਕੰਟ੍ਰਿਬਿਊਟਡ ਟੂ ਦਿਸ ਸਰ ਮੈਂ ਤਾਂ ਹੀ ਕਹਾਂਗਾ ਸਰ ਜੀ ਜੀ ਥੈਂਕ ਯੂ ਥੈਂਕ ਯੂ ਵਰਿੰਝੀ ਥੈਂਕ ਯੂ ਦੇਖੋ ਇਹ ਇਹ ਗੱਲ ਬਿਲਕੁਲ ਸਹੀ ਹੈ ਲੇਕਿਨ ਇਸ ਦਾ ਕੋਈ ਰੋਕ ਨਹੀਂ ਹੈ ਯੂ ਕੈਨ ਨਾਟ ਸਟਾਪ ਦਿਸ ਤੁਸੀਂ ኦਫੀਸ਼ੀਅਲੀ ਜਾ ਕੇ ਲੀਗਲੀ ਜਾ ਕੇ ਕਿਸੇ ਨੂੰ ਨਹੀਂ ਕਹਿ ਸਕਦੇ ਤੁਸੀਂ ਭੰਗੜੇ ਨਾ ਪਾਓ ਇੱਥੇ that is not possible ਸੋ ਉਹ ਤਾਂ ਜੀ ਦੇਖੋ ਹੌਪਫੁਲੀ ਆ ਕਿ ਅਸੀਂ ਆਪਣੇ ਕਲਚਰ ਨੂੰ ਜ਼ਰੂਰ ਵਿਦਾਈਏ ਇੱਥੇ ਆਪਣੇ ਜੋ ਟ੍ਰੈਡੀਸ਼ਨਸ ਨੇ ਉਹਨਾਂ ਨੂੰ ਜ਼ਰੂਰ ਇੱਥੇ ਲੈ ਕੇ ਆਈਏ ਆਪਣੀ ਜੋ ਸਿਸਟਮਸ ਨੇ ਵੈਲਿਊਜ਼ ਨੇ ਉਹਨਾਂ ਨੂੰ ਲੈ ਕੇ ਆਈਏ ਲੇਕਿਨ ਇਸ ਤਰੀਕੇ ਨਾਲ ਨਹੀਂ ਜਦੋਂ ਕਿ ਜਿਸ ਤਰੀਕੇ ਨਾਲ ਸਾਨੂੰ ਕੋਈ ਲੌਕਡਾਊਨ ਕਰੇ ਹੋਰ ਵੀ ਕਮਿਊਨਿਟੀਆਂ ਨੇ ਚਾਈਨੀਜ਼ ਕਮਿਊਨਿਟੀਆਂ ਬਹੁਤ ਵੱਡੇ ਸਰ ਤੇ ਚਾਈਨੀਜ਼ ਕਮਿਊਨਿਟੀ ਇੱਥੇ ਹੈ ਕੀ ਕਦੇ ਅਸੀਂ ਇਹ ਚੀਜ਼ ਦੇਖੀ ਹੈ ਕਿ ਉਹ ਖੁੱਲੇ ਵਿੱਚ ਸ਼ਰੀਆਮ ਇਦਾਂ ਦੇ ਪਬਲਿਕ ਪਲੇਸਿਸ ਵਿੱਚ ਆਪਣੇ ਡਾਂਸ ਜਾਂ ਆਪਣੇ ਕਲਚਰ ਨੂੰ ਇਸ ਤਰੀਕੇ ਨਾਲ ਸ਼ੋਕੇਸ ਕਰ ਰਹੇ ਨੇ ਆਈ ਡੋਂਟ ਥਿੰਕ ਸੋ ਆਈ ਡੋਂਟ ਥਿੰਕ ਸੋ ਇਹ ਚੀਜ਼ ਥੋੜੀ ਸਮਝਣ ਵਾਲੀ ਗੱਲ ਹੈ ਇਹ ਲੀਗਲੀ ਤਾਂ ਅਮਪਲਾਈ ਕਿਸੇ ਤੇ ਕੀਤੀ ਨਹੀਂ ਜਾ ਸਕਦੀ ਲੇਕਿਨ ਜੇ ਆਪ ਹੀ ਲੋਕ ਕੀ ਸਮਝਣਗੇ ਤਾਹੀ ਚੀਜ਼ ਬੈਟਰ ਹੋ ਸਕਦੀ ਹੈ 8082 ਕਹਿੰਦੇ ਯੋਰ ਕੁਐਸਚਨਸ ਆਰ ਰੋਂਗ ਆਈ ਥਿੰਕ ਇਟਸ ਨਾਟ ਕੈਨੇਡੀਅਨਸ ਐਂਡ ਇਮੀਗ੍ਰੈਂਟਸ ਥੇਅਰ ਇਜ਼ ਅ ਪ੍ਰੋਬਲਮ ਬਟ ਵਾਈਟ ਪੀਪਲ ਐਂਡ ਬਰਾਊਨ ਪੀਪਲ ਆਈ ਸ਼ੋਡ ਰੇਸਿਜ਼ਮ ਮੈਂ ਮੈਂ ਆਈ ਊਡ ਲਵ ਟੂ ਬਲੀਵ ਥਿਸ ਕਿਉਂਕਿ ਸ਼ਾਇਦ ਇਹਦੇ ਨਾਲੋਂ ਇੱਕ ਸਾਨੂੰ ਸੈਂਸ ਆਫ ਸਿਕਿਉਰਿਟੀ ਮਿਲਦੀ ਪਰ ਪ੍ਰੋਬਲਮ ਇਜ਼ ਵਿਦ ਇਮੀਗ੍ਰੈਂਟਸ ਜੇ ਤੁਸੀਂ ਜਾ ਕੇ ਲੋਕਾਂ ਦੀ ਗੱਲਬਾਤ ਪੜੋ ਲੋਕਾਂ ਦੀ ਆਪੀਨੀਅਨਸ ਪੜੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪ੍ਰੋਬਲਮ ਸਿਰਫ रेसइजम दी ਨਹੀਂ ਹੈ रेसइजम दी प्रॉब्लम ਤਾਂ ਹੁਣ ਬਹੁਤ ਘੱਟ ਗਈ ਹੈ ਐਸ ਕੰਪੇਅਰ ਟੂ ਜੋ ਲੋਕਾਂ ਨੂੰ ਪ੍ਰੋਬਲਮ ਇਮੀਗਰੈਂਟਸ ਨਾਲ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਦਾ ਸਿਸਟਮ ਯੂਜ਼ ਕਰਕੇ ਐਕਸਪਲੋਇਟੇਸ਼ਨ ਹੋ ਰਹੀ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਐਂ ਜਦੋਂ ਸਾਡੇ ਸਾਹਮਣੇ ਹੈ ਤਾਂ ਜੋ ਕੈਨੇਡੀਅਨਸ ਨੇ ਜਾਂ ਇੱਥੇ ਦੇ ਗੋਰੇ ਨੇ ਜਾਂ ਫਿਰ ਇੱਥੇ ਦੇ ਜੋ ਵੀ ਜੰਪਲ ਨੇ ਉਹਨਾਂ ਨੇ ਅੱਖਾਂ ਥੋੜੀ ਬੰਦ ਕੀਤੀਆਂ ਹੋਈਆਂ ਉਹਨਾਂ ਨੂੰ ਵੀ ਉਨੀ ਚੀਜ਼ ਨਜ਼ਰ ਆ ਰਹੀ ਹੈ ਸੋ ਆਟੋਮੈਟਿਕਲੀ ਉਹ ਇਮੀਗ੍ਰੈਂਟਸ ਦੇ ਜ਼ਿਆਦਾ ਖਿਲਾਫ ਹੁੰਦੇ ਜਾ ਰਹੇ ਆ 8405 ਕਹਿੰਦੇ ਫিয়ার ਆਫ ਬੀਇੰਗ ਅ ਮਾਇਨੋਰਟੀ ਬਿਕਾਜ਼ ਆਫ ਆਰ ਇਨਕਰੀਜ਼ਿੰਗ ਨੰਬਰ ਅ ਪ੍ਰਿੰਸ ਕਹਿੰਦੇ ਇਫ ਡ੍ਰੇਕ ਗੋਸ ਟੂ ਇੰਡੀਆ ਐਂਡ ਵਿਨਸ ਐਨ ਅਵਾਰਡ ਫਾਰ ਅ Song ਇਨ ਇੰਗਲਿਸ਼ THEN ਹਾਊ ਇਜ਼ ਇਟ ਫੇਅਰ ਵਿਦ ਇੰਡੀਅਨ ਸਿੰਗਰਸ ਕਰਨੋਲਾ ਵਾਸ ਇਨ ਪੰਜਾਬੀ Song ਵਾਸ ਇਨ ਪੰਜਾਬੀ ਐਂਡ ਪੁਸ਼ ਬੈਕ ਵਾਸ ਐਕਸਪੈਕਟਿਡ ਬਾਈ ਮੇਨਸਟ੍ਰੀਮ ਅ ਰਵਿੰਦਰ ਨੇ ਖੋਰਪੰਡ ਕਹਿੰਦੇ ਓਨ ਵਿਚ ਟਾਪਿਕ ਡੂ ਆਰ ਪੀਪਲ ਪ੍ਰੋਟੈਸਟ ਹੇਰ ਆਪਣੇ ਹੀ ਟਾਪਿਕਸ ਤੇ ਪ੍ਰੋਟੈਸਟ ਕਰ ਰਿਹਾ ਕੈਨੇਡੀਅਨਸ ਯਾ ਕੈਨੇਡਾ ਦੇ ਵੈਲਫੇਅਰ ਲਈ ਨਹੀਂ ਬਿਲਕੁਲ ਬਿਲਕੁਲ ਮੈਂ ਕਹਿੰਦੇ ਜਦੋਂ ਆਪਾਂ ਕੰਟ੍ਰੈਕਟ ਲੈਂਸ ਯੂਜ਼ ਕਰਦੇ ਹਾਂ ਉਦੋਂ ਅੱਛਾ ਉਦੋਂ ਕਹਿੰਦੇ ਜਦੋਂ ਆਪਾਂ ਕੰਟੈਕਟ ਲੈਂਸ ਯੂਜ਼ ਕਰਦੇ ਹਾਂ ਉਦੋਂ ਥੋੜਾ ਟਾਈਮ ਅੱਖਾਂ 'ਚ ਇਰਿਟੇਸ਼ਨ ਹੁੰਦੀ ਹੈ ਇਨਟੋਲਰੈਂਸ ਬਟ ਜਦੋਂ ਆਈ ਨੂੰ ਪਤਾ ਲੱਗਦਾ ਕਿ ਇਹ ਮੇਰਾ ਬੈਨੀਫਿਟ ਲਈ ਹੈ ਆਈ ਐਕਸੈਪਟ ਕਰ ਲੈਂਦੀ ਹੈ ਲੈਂਸ ਐਂਡ ਬਿਕਮਸ ਕੰਪੈਟੀਬਲ ਜੀ ਕੈਨੇਡਾ ਚ ਬਹੁਤ ਜ਼ਿਆਦਾ ਇਮੀਗ੍ਰੈਂਟਸ ਆ ਗਏ ਨੇ ਇਟ ਵਿਲ ਟੇਕ ਟਾਈਮ ਟੂ ਗੈਟ ਇਨਵੋਲਵਡ ਕੰਪਲੀਟਲੀ ਇਨਟੂ ਸਿਸਟਮ ਬਟ ਦੇ ਵਿਲ ਅੰਡਰਸਟੈਂਡ ਇਟਸ ਬੈਨੀਫੀਸ਼ੀਅਲ ਭੁਪਿੰਦਰ ਜੀ ਗੁੱਡ ਈਵਨਿੰਗ ਜੀ ਕਹਿੰਦੇ ਦਿਸ ਇਜ਼ ਅ ਟ੍ਰੈਂਡ ਆਲ ਓਵਰ ਯੂ ਐਸ ਏ ਇੰਡੀਆ ਰਸ਼ੀਆ ਯੂ ਕੇ ਵੀ ਆਰ ਸਟਿਲ ਓਕੇ ਇਨ ਕੰਪੈਰੀਜ਼ਨ ਗੱਲ ਓਕੇ ਦੀ ਨਹੀਂ ਹੈ ਗੱਲ ਇਹ ਹੈ ਕਿ ਕੈਨੇਡਾ ਉਹ ਕੰਟਰੀ ਨਹੀਂ ਸੀ ਕੈਨੇਡਾ ਅੱਜ ਤੋਂ 10 ਸਾਲ ਪਹਿਲਾਂ ਇਹਦਾਂ ਦੀ ਕੋਈ ਗੱਲ ਨਹੀਂ ਹੋ ਰਹੀ ਸੀ ਅੱਜ ਤੋਂ 15 20 ਸਾਲ ਪਹਿਲਾਂ ਇਦਾਂ ਦੀ ਕੋਈ ਪੁਆਇੰਟ ਹੀ ਨਹੀਂ ਰੇਜ਼ ਹੋ ਰਿਹਾ ਸੀ ਪਰ ਕੈਨੇਡਾ ਵਿੱਚ ਇਦਾਂ ਦੇ ਪੁਆਇੰਟਸ ਰੇਜ਼ ਹੋਣਾ ਇੱਕ ਸਿਸਟਮ ਦਾ ਐਂਡ ਸ਼ਾਇਦ ਗਵਰਨਮੈਂਟ ਦਾ ਵੀ ਇੱਕ ਬਹੁਤ ਵੱਡਾ ਫੇਲਿਅਰ ਹੈ ਵਿਕਰਮਜੀਤ ਕਹਿੰਦੇ ਇਨ ਨਿਊਜ਼ੀਲੈਂਡ ਪੀਪਲ ਡੋਨਟ ਵੇਅਰ ਚੱਪਲਸ ਇਨ ਦਾ ਮਾਲ ਵੁੱਡ ਵੀ ਟੋਲਰੇਟ ਐਨੀ ਫੋਰਨਰ ਵਿਨਿੰਗ ਇੰਡੀਅਨ ਆਈਡਲ ਜੀ ਮੈਂ ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ ਬਟ ਹਾਂ ਮੈਨੂੰ ਇਹ ਨਹੀਂ ਲੱਗਿਆ ਸੀ ਕਿ ਇੰਨਾ ਹੇਟ ਰੀਡ ਹੋਏਗਾ ਪਹਿਲਾਂ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਵੀ ਕਾਲ ਕੀਤੀ ਜਿਨ੍ਹਾਂ ਨੇ ਵੀ ਟੈਕਸਟ ਕੀਤੇ ਥੈਂਕ ਯੂ ਸੋ ਮੱਚ ਫਾਰ ਯਰ opinions ਦੇਖੋ ਗੱਲ ਬਿਲਕੁਲ ਸਹੀ ਹੈ ਕਿ ਇਮੀਗ੍ਰੇਸ਼ਨ ਤੋਂ ਬਗੈਰ ਇਹ ਕੰਟਰੀ ਨਹੀਂ ਚੱਲ ਸਕਦੀ ਸੋ ਇਮੀਗ੍ਰੈਂਟਸ ਤਾਂ ਆਉਣਗੇ ਐਂਡ ਵੱਡੇ ਨੰਬਰ ਵਿੱਚ ਆਉਣਗੇ ਐਂਡ ਅੱਗੇ ਵੀ ਜਿੰਨੇ ਵੀ ਸਾਲ ਕੈਨੇਡਾ ਹੈ ਉਹਨੇ ਸਾਲ ਇਸ ਦੇਸ਼ ਦੀ ਪੋਪੂਲੇਸ਼ਨ ਦੇ ਇਨਕਰੀਜ਼ਡ ਨੰਬਰਸ ਵਿੱਚ ਮੈਕਸਿਮਮ ਪਰਸੈਂਟੇਜ ਇਮੀਗ੍ਰੇਸ਼ਨ ਦਾ ਹੀ ਰਹੇਗਾ ਐਟ ਲੀਸਟ ਫਾਰ ਦਾ ਨੈਕਸਟ 3-4 ਡੈਕੇਡਸ ਉਦੋਂ ਤੱਕ ਤਾਂ ਕੈਨੇਡਾ ਦੀ ਪੋਪੂਲੇਸ਼ਨ ਬਹੁਤ ਹੀ ਘੱਟ ਰਵੇਗੀ ਐਸ ਕੰਪੇਅਰਡ ਟੂ ਜਿੰਨਾ ਇੱਥੇ ਲੈਂਡ ਹੈ ਜਿੰਨੀ ਇੱਥੇ ਓਕਿਊਪੈਂਸੀ ਹੋਣੀ ਚਾਹੀਦੀ ਹੈ ਸੋ ਉਹ ਤਾਂ ਬਿਲਕੁਲ ਵੀ ਚੇਂਜ ਨਹੀਂ ਹੋਣ ਵਾਲਾ ਇਮੀਗ੍ਰੇਸ਼ਨ ਤਾਂ ਬੰਦ ਨਹੀਂ ਹੋਣ ਵਾਲੀ ਪ੍ਰੋਬਲਮ ਇਹ ਹੈ ਕਿ ਕਿਤੇ ਸਿਲੈਕਟਿਵ ਟਾਰਗੇਟਿੰਗ ਨਾ ਹੋਣ ਲੱਗ ਜਾਏ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ 2008 ਵਿੱਚ ਇੰਡੀਆ ਵਿੱਚ ਮਹਾਰਾਸ਼ਟra ਵਿੱਚ ਐਂਟੀ ਨਾਰਥ ਇੰਡੀਅਨ ਕੈਂਪੇਨ ਚੱਲਿਆ ਸੀ ਤੁਹਾਨੂੰ ਯਾਦ ਹੋਵੇਗਾ ਕੋਈ ਅਫੀਸ਼ੀਅਲ ਕੈਂਪੇਨ ਨਹੀਂ ਸੀ ਲੇਕਿਨ 2008 ਵਿੱਚ ਰਾਜ ਠਾਕਰੇ ਜੋ ਕਿ ਮਹਾਰਾਸ਼ਟra ਦੇ ਇੱਕ ਕਾਫੀ ਨਾਮੀ ਪੋਲਿਟਿਸ਼ੀਅਨ ਨੇ ਉਹਨਾਂ ਨੇ ਇੱਕ ਐਂਟੀ ਨਾਰਥ ਇੰਡੀਅਨ ਕੈਂਪੇਨ ਚਲਾਇਆ ਸੀ ਜਿਦੇ ਵਿੱਚ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਬਾਹਰ ਕੱਢਣ ਦੀ ਗੱਲ ਹੋਈ ਸੀ ਕਿ ਜਿੱਥੇ ਲੱਭਣਗੇ ਉਹਨਾਂ ਨੂੰ ਮਾਰੋ ਤੇ ਬਾਹਰ ਕੱਢੋ ਸਿਵਲ ਅਨਰੈਸਟ ਆ ਗਿਆ ਸੀ ਪੂਰੀ ਸਟੇਟ ਵਿੱਚ ਪੁਲਿਸ ਸਿਸਟਮ ਕੋਲਾਪਸ ਹੋਣ ਲੱਗ ਗਿਆ ਸੀ ਵੱਡੀ ਵੱਡੀ ਪੋਲੀਟੀਕਲ ਪਾਰਟੀਆਂ ਨੇ ਆਪਣੇ ਹੱਥਾਂ 'ਚ ਸਿਸਟਮ ਲੈ ਲਿਆ ਸੀ ਐਂਡ ਪਰਟੀਕੂਲਰਲੀ ਯੂਪੀ ਐਂਡ ਬਿਹਾਰ ਦੇ ਜੋ ਲੋਕ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਸੀ ਡਿਫਰੈਂਟ ਡਿਫਰੈਂਟ ਟਰਮਸ ਯੂਜ਼ ਹੋਈਆਂ ਅੱਜ ਜਿਨ੍ਹਾਂ ਟਰਮਸ ਨੂੰ ਅਸੀਂ ਯੂਜ਼ ਕਰਦੇ ਹਾਂ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਬੁਲਾਉਣ ਲਈ ਉਹ ਸਾਰੀਆਂ ਟਰਮਸ ਉਸ ਟਾਈਮ ਓਰੀਜਿਨੇਟ ਹੋਈਆਂ ਸੀ ਐਂਡ ਦੇ ਆਰ ਵੈਰੀ ਡੈਰੋਗੇਟਰੀ ਟਰਮਸ ਇਹ ਉਦੋਂ ਹੋਇਆ ਜਦੋਂ ਇੱਕ ਸਪੈਸੀਫਿਕ ਟਾਈਪ ਦੇ ਲੋਕਾਂ ਨੇ ਮਹਾਰਾਸ਼ਟਰ ਵਿੱਚ ਜੋਬਸ ਲੈ ਲਈਆਂ ਉਨ੍ਹਾਂ ਦੇ ਹਿਸਾਬ ਨਾਲ ਮਹਾਰਾਸ਼ਟra ਵਿੱਚ ਕੰਮ ਲੈ ਲੇ ਕੀ ਇਦਾਂ ਦੀ ਸਿਲੈਕਟਿਵ ਟਾਰਗੇਟਿੰਗ ਇੱਥੇ ਤਾਂ ਨਹੀਂ ਹੋ ਜੂਗੀ ਕੀ ਇਦਾਂ ਦਾ ਸਿਵਲ ਅਨਰੈਸਟ ਇੱਥੇ ਨਾ ਹੋ ਜਾਏ ਐਂਡ ਸਿਲੈਕਟਿਵਲੀ ਇੱਕ ਪਾਰਟਿਕੂਲਰ ਗਰੁੱਪ ਨੂੰ ਫਾੜ ਕੇ ਟਾਰਗੇਟ ਕੀਤਾ ਜਾਏ ਕਿ ਇਸ ਗਰੁੱਪ ਨੂੰ ਇਸ ਦੇਸ਼ ਤੋਂ ਬਾਹਰ ਕੱਢੋ ਕਿ ਇਸ ਗਰੁੱਪ ਨੂੰ ਇਸ ਦੇਚ ਵਿੱਚ ਆਨ ਆਨ ਨੂੰ ਅਲਾਉ ਨਹੀਂ ਕੀਤਾ ਜਾਏ ਇਹ ਇੱਕ ਖਤਰਾ ਹੈ ਜੋ ਮੈਂ ਕਦੇ ਵੀ ਨਹੀਂ ਚਾਹਾਂਗਾ ਇਨ ਮਾਈ ਡ੍ਰੀम्स ਆਲਸੋ ਕਿ ਨਾ ਹੋਵੇ ਪਰ ਜੇ ਹੋ ਗਿਆ ਤਾਂ ਤੁਸੀਂ ਇਮੇਜਿਨ ਕਰ ਸਕਦੇ ਹੋ ਕਿੰਨਾ ਅਫੈਕਟ ਸਾਡੇ ਤੇ ਪੈ ਸਕਦਾ